ਬਾਕੀ ਮੈਨੂੰ ਤਾਂ ਪੂਰਾ ਨਾਮ ਨਹੀਂ ਪਤਾ ਨਾ ਹੁਣੇ ਹੁਣ ਪੁੱਛ ਘਟਿਆ ਕੀ ਕੱਲ ਦੁਬਾਰਾ ਤੋਂ ਦੱਸ ਕੀ ਨਾਮ ਤੇਰਾ ਭਵਨੂਰ ਸਿੰਘ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਆ ਪ੍ਰਦੀਪ ਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ ਤੇ ਫਿਲਹਾਲ ਤਾਂ ਮੇਰੇ ਨਾਲ ਆ ਕਰਨੀ ਆਇਆ ਤੇ ਬਲੈਕ ਹੀ ਖੜਾ ਤੇ ਅੱਜ ਭਾਈ ਮੈਂ ਮੋਟਰ ਨਾਲ ਚੱਲ ਧੋਤਾ ਠੀਕ ਆ ਫਿਰ ਮੈਂ ਕਿਹਾ ਚੱਲ ਵੀ ਆਹ ਦੇਖਦੇ ਹਾਂ ਇਹਦੇ ਵਿੱਚ ਪਾਣੀ ਪੂਣੀ ਤਾਂ ਨਹੀਂ ਪੈਂਦਾ ਮੈਂ ਖੋਲਣ ਲੱਗਿਆ ਜਦੋਂ ਖੋਲਿਆ ਚਾਬੀ ਤਾਂ ਸਾਰੀ ਗੁੰਮ ਗਈ ਇਹ ਖੋਲਿਆ ਫਿਰ ਵੀ ਨਹੀਂ ਮੈਂ ਸਾਰੀ ਫਿਰ ਦੇਖਿਆ ਜਦੋਂ ਮੈਂ ਇੱਧਰ ਨੂੰ ਘੁਮਾਇਆ ਚਾਬੀ ਜਮੀ ਵਿੰਗੀ ਹੋ ਗਈ ਇੰਨੀ ਕਮਜ਼ੋਰ ਚਾਬੀ ਮੈਂ ਕਿਵੇਂ ਦੱਸਾਂ ਆਹ ਲਾ ਇਹ 'ਚ ਵੀ ਲੱਗਣੋਂ ਹਟ ਗਈ ਇਹਨੀ ਚਾਬੀ ਤਾਂ ਐਂ ਖਰਾਬ ਹੋ ਗਈ ਸੀਗੀ ਮੈਂ ਦੂਜੀ ਚਾਬੀ ਦੇਖੀ ਉਹਦੇ ਨਾਲ ਆਹ ਤਾਂ ਚੱਲਦਾ ਸੀ ਆਹ ਫਿਰ ਵੀ ਨਹੀਂ ਖੁੱਲਿਆ ਫਿਰ ਮੈਂ ਕਿਸੇ ਲੋੜ ਸਿੱਧੀ ਕਰੀ ਫਿਰ ਇਹ 'ਚ ਪਾਇਆ ਅਤੇ 10-20 ਮਿੰਟ ਤਾਂ ਖੁੱਲੇ ਹੀ ਨਹੀਂ ਫਿਰ ਖੁੱਲ ਗਿਆ ਫਿਰ ਲੱਗੇ ਹੀ ਨਹੀਂ ਮੈਂ ਕਿਹਾ ਲੈ ਵੀ ਆਹ ਚੀਜ਼ ਤਾਂ ਨਵੀਂ ਹੋ ਪਊਗੀ ਇਹ ਪਰ ਹੁਣ ਪਤਾ ਨਹੀਂ ਕਿਵੇਂ ਮੈਂ ਬਹੁਤ 15-20 ਵਾਰ ਖੋਲਿਆ ਹੁਣ ਇਹ ਖੁੱਲਦਾ ਤਾਂ ਹੈਗਾ ਪਰ ਮਤਲਬ ਪਾਣੀ ਜਾਊਗਾ ਤਾਂ ਮਿਸਿੰਗ ਕਰੂਗਾ ਹੀ ਹੁਣ ਉਹ ਆਪਾਂ ਨੂੰ ਪਤਾ ਨਹੀਂ ਇਹਦੇ ਘਰ ਕੀ ਪਾਣੀ ਪਿਆ ਸੀ ਆਪਣਾ ਕਿ ਨਹੀਂ ਪਾਣੀ ਤਾਂ ਨਹੀਂ ਪਿਆ ਹੋਣਾ ਮੈਨੂੰ ਨਹੀਂ ਲੱਗਦਾ ਸਾਡਾ ਸਾਡੀ ਸਲਾਹ ਹੈਗੀ ਆ ਫੋਟੋ ਖਿੱਚ ਕੇ ਆਉਣ ਦੀ ਤੇ ਚਲੋ ਚੱਲਦੇ ਆ ਤੇ ਦੇਖਦੇ ਆ ਕੀ ਬਣਦਾ ਚੱਲ ਫਿਰ ਮਾਰ ਕਿੱਕ ਮੈਂ ਚਲਾਉਣਾ ਤਾਂ ਮੈਂ ਹੀ ਕਿੱਕ ਮਾਰ ਕੇ ਆਉਣਾ ਸੀ ਕਿੱਕ ਮਾਰ ਦੇ ਕਿਉਂਕਿ ਪਿੱਛੇ ਮੈਂ ਤਾਂ ਬੈਠਿਆ ਨਹੀਂ ਜਾਣਾ ਆਹ ਤੁਹਾਨੂੰ ਪਤਾ ਹੀ ਅੱਜ ਮੈਂ ਸੀਟ ਦਾ ਪੈਟਰੋਲ ਨਾ ਜਵਾਬ ਜਿਹਾ ਦਿੰਦਾ ਸੀਗਾ ਮੈਨੂੰ ਮੈਂ ਕਿਹਾ ਚਵਾ ਹੀ ਲੈਂਦੇ ਸਨੈਪ ਨਹੀਂ ਪੈਂਦੀ ਬਾਈ ਵਲੌਗ ਬਣ ਰਿਹਾ ਸੋ ਤੇਲ ਆਪਾਂ ਫੁੱਲ ਕਰਾ ਲਿਆ ਤੇ ਹੁਣ ਚੱਲਦੇ ਹਾਂ ਗਾਹਾਂ ਇੱਥੇ ਫਰਦਰ ਇਹਨੇ ਪਾਉਣਾ ਸੀਗਾ ਕਿੰਨੇ ਦਾ ਤੇਲ ਤੇ ਮੈਨੂੰ ਕਹਿੰਦਾ ਸੌਦਾ ਪਾਉ ਹੁਣ 50 ਫੜਾਉਣਾ ਮੈਨੂੰ ਚਲੋ ਦੇਖਦੇ ਤੇ ਬਾਕੀ ਅਸੀਂ ਪਹੁੰਚ ਗਏ ਮਲੇਰਕੋਟਲੇ ਤੇ ਮਲੇਰਕੋਟਲੇ ਮਾੜਾ ਜਿਹਾ ਨੂੰ ਕੰਮ ਸੀ ਤੇ ਹੁਣ ਮੈਂ ਇੱਕ ਸਾਨੂੰ ਐਂ ਵੀ ਸੀਗਾ ਵੀ ਨੂਰ ਉੱਪਲ ਕੋਲ ਵੀ ਜਾ ਆਵਾਂਗੇ ਤੇ ਜਿੱਦਣ ਨੂੰ ਫੋਨ ਕਰਿਆ ਤੇ ਪਹਿਲਾਂ ਤਾਂ ਚੱਕਿਆ ਨਹੀਂ ਹੁਣ ਉਹ ਕਹਿੰਦਾ ਵੀ ਆ ਜਾ ਫਿਲਹਾਲ ਲੋਕੇਸ਼ਨ ਤਾਂ ਸਾਨੂੰ ਮਿਲ ਗਈ ਤੇ ਜਾਂਦੇ ਹਾਂ ਤੇ ਜਾ ਕੇ ਮਿਲਦੇ ਹਾਂ ਉਹਨੂੰ ਅਸੀਂ ਮਲੇਰਕੋਟਲੇ ਦੇ ਪਿੱਛੇ ਘੁੰਮੇ ਆਉਂਦੇ ਹਾਂ ਆਹ ਮੂਹਰੇ ਟਰੱਕ ਆ ਕੇ ਅੜ ਗਿਆ ਯਾਰ ਚੱਲ 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 ਅਸੀਂ ਪਹਿਲੀ ਲੇਟ ਆਏ ਹੋਰ ਲੇਟ ਕਰਾਉਂਦਾ ਹਜੇ ਉਹ ਲੈ ਜਾਣੇ ਦੇ ਹੋਰ ਨਾ ਕੋਈ ਆ ਜਾਵੇ ਦੇਖੋ ਕੀ ਯਾਰ ਕੀ ਹਾਲ ਆ ਅਸੀਂ ਮੋੜਨਾ ਗੱਡੀ ਆਈ ਆ ਹਾਂ ਉਹ ਮੂਹਰੇ ਨੂੰ ਭਾਈ ਬੈਠੋ ਮਾੜਾ ਹਾਲ ਪਹਿਲੇ ਤਾਂ ਆਏ ਸੀ ਵੀ ਨੀਚੇ ਲੱਗ ਗਿਆ ਵੀ ਮੂਹਰੋਂ ਸਾਲੇ ਮਰਾਉਣੀ ਪਊਗੀ ਯਾਰ ਉਰੋਜ ਦੇਖੋ ਸਾਨੂੰ ਹੈਗੀ ਤਾਂ ਕਾਲੀ ਚਲੋ ਹਨੇਰਾ ਹੋਣ ਵਾਲਾ ਪਰ ਅਸੀਂ ਉਰੋਜ ਨਹੀਂ ਕੱਢਾਂ ਕਦੇ ਵੀ ਕਿਉਂਕਿ ਕਿਸੇ ਲਈ ਵੀ ਸੇਫ ਨਹੀਂ ਹੈਗਾ ਪਲੈਨ ਤਾਂ ਸਾਡੇ ਕੋਲ ਪਹਿਲਾਂ ਹੀ ਸੀਗਾ ਨੂਰ ਉੱਪਲ ਕੋਲ ਜਾਣ ਦਾ ਪਰ ਹੁਣ ਜਾਣੀ ਤਕੜਾ ਹੀ ਬਣ ਗਿਆ ਵੀ ਉਹ ਜਾ ਹੀ ਆਉਣੇ ਦੇਖੀ ਜਾਊ ਇੱਕ ਦੋ ਰੀਲਾਂ ਬਣਾ ਕੇ ਆਵਾਂਗੇ ਤੇ ਚਲੋ ਚੱਲ ਮਾਰੂ ਰਾਖੜਾ ਕੀ ਚੀਜ਼ ਨਾ ਹੋਵੇ ਅਰੇ ਮੇਰੇ ਬੋਰਡ ਤਾਂ ਇਹ ਝੀਟ ਪਊਗੀ ਨਾ ਮੈਨੂੰ ਬਹੁਤ ਬੁਰਾ ਲੱਗੂ ਮੈਂ ਨਹੀਂ ਕੱਢ ਸਕਦਾ ਚਾਹੇ ਡੇਢ ਘੰਟਾ ਜਿਹੜੇ ਜਾਈਏ ਅਤੇ ਉੱਥੇ ਆਪਾਂ ਬੁਲਟ ਖੜਾਤਾ ਆ ਲੌਕ ਲਾ ਕੇ ਅਸੀਂ ਥੰਨੇ ਉਰੇ ਫਿਰਦੇ ਹਾਂ ਸੋਚ ਅਸੀਂ ਫੋਟਾ ਫੋਟਾ ਖਿੱਚ ਲੈਂਦੇ ਹਾਂ ਸੜਕ ਨਾਲ ਆਹ ਬੜੀ ਟ੍ਰੇਨ ਦੀ ਸੜਕ ਨਾਲ ਟ੍ਰੇਨ ਦੀ ਪਟੜੀ ਨਾਲ ਮੈਨੂੰ ਪਤਾ ਸੀਗਾ ਮੈਂ ਜਾਣ ਕੇ ਸੜਕ ਕਰ ਰਿਹਾ ਯਾਰ ਫੋਟੋ ਇੱਕ ਮੈਂ ਵੀਡੀਓ ਦੇਖੀ ਸੀ ਕਹਿੰਦਾ ਸਲੋ ਮੋਸ਼ਨ ਜਦੋਂ ਤੁਰਿਆ ਆਉਂਦਾ ਸੀ ਉਹ ਟ੍ਰੇਨ ਮਾੜੀ ਜੀ ਇੰਨੀ ਕੁ ਨੁੱਕਰ ਜੀ ਵੱਜਦੀ ਆ ਬੰਦਾ ਪਾੜ ਜਾਂਦਾ ਰਹਿਣ ਦੇ ਅਗਰ ਤੂੰ ਰਹਿਣ ਦੇ ਉਹ ਰਹਿਣ ਦੇ ਇੰਨਾ ਜਸ ਕਰਨੇ ਪੈਂਦਾ ਤੂੰ ਰਹਿਣ ਦੇ ਬੰਦੇ ਮੈਂ ਟ੍ਰੇਨ ਜਾਂਦੇ ਦੀ ਵੀਡੀਓ ਬਣਾ ਲਓ ਵਲੌਗ 'ਚ ਸਾਲੇ ਆਪਦੀਆਂ ਰੀਲਾਂ ਬਣਾਈ ਜਾਂਦੇ ਨੇ ਮੂਰੋ ਫਾਈਟ ਚੱਲੂਗੀ ਮੈਂ ਕਹੀ ਜਾਂਦਾ ਵੀ ਬਣਾ ਦੋ ਵੀ ਲੰਘ ਦੇ ਦਿਖਾਵਾਂਗੇ ਫੁੱਲ ਤਕੜਾ ਹੋਊਗਾ ਦੇਖੀ ਮੰਨਦੇ ਹੀ ਨਹੀਂ ਨਾ ਇੱਕ ਦੂਜੇ ਦੇ ਮੋਟਰਸਾਈਕਲ ਉਹ ਬਣਾ ਕੇ ਉਹ ਗੱਲਾਂ ਮਾਰਦੇ ਆਉਂਦੇ ਨੇ ਇੱਕ ਦੂਜੇ ਨਾਲ ਟ੍ਰੇਨ ਨਹੀਂ ਦਿਲ ਲਾ ਗਈ ਨਾ ਉਹ ਹੋਣ ਲੱਗ ਗਿਆ ਵੀ ਕਾਲਾ ਡਰ ਗਿਆ ਉੱਤੇ ਨਾਲੇ ਮੈਂ ਖੜਾ ਸੀਗਾ ਪੱਥਰ ਤੇ ਹਾਂ ਮਾੜਾ ਸੀਨ ਹੈਗਾ ਸੀ ਡਰਨ ਵਾਲਾ ਉਹ ਜੰਗ ਸਟਾਰਟ ਹੋ ਗਈ ਅੱਲਾ ਬੋਲ ਆਕਰਮਣ ਦੇਖਿਆ ਨਾ ਕਿਤੇ ਲੱਭਦਾ ਤਾਂ ਹੈ ਨੀ ਅੱਛਾ ਸਾਈਕਲ ਹੀ ਤਾਂ ਆਇਆ ਸੀ ਹੈ
ਤੇ ਮੁੰਡਾ ਸਾਈਕਲ ਤੇ ਆਇਆ ਦੇਖੋ ਤੇ ਚਲੋ ਫਿਰ ਚੱਲਦੇ ਹਾਂ ਕਿਸੇ ਨੂਰ ਦੇ ਪਿੰਡ ਤਾਂ ਨਹੀਂ ਸੀ ਉਹਦੇ ਆੜੀ ਦੇ ਪਿੰਡ ਸੀ ਕਿਉਂਕਿ ਉੱਥੇ ਆਇਆ ਹੋਇਆ ਸੀ ਉਹ ਆਪਾਂ ਉੱਥੇ ਤਾਂ ਮਿਲ ਲਏ ਬਾਕੀ ਆਹ ਸੜਕ ਆਇਆ ਸੀ ਇਹੋ ਜਿਹੀ ਸੜਕ ਆ ਨਾ ਇਹ ਵੀ ਤੁਹਾਨੂੰ ਕੀ ਦੱਸੀਏ ਬਾਜੀ ਤਾਂ ਬਹੁਤ ਵਾਰੀ ਸਟੰਟ ਕਰਾਤਾ ਉਹ ਸਾਡੇ ਮੂਹਰੇ ਆ ਨਾ ਜੋ ਮਿੱਟੀ ਉੜਦੀ ਆ ਕੋ ਦੀਦਾ ਵੀ ਨਹੀਂ ਗਾ ਟਵਾ ਟੂਆ ਬਸ ਹਵਾ 'ਚ ਜਾਂਦੇ ਅਸੀਂ ਤਾਂ ਹਾਂ ਕੋਣੇ ਹੀ ਚਾਹੀਦੇ ਲਓ ਜੀ ਪਹੁੰਚ ਚੁੱਕੇ ਆਪਾਂ ਪਾਰੇ ਤੇ ਲੰਬਾ ਪਲਾਟ ਇੰਨਾ ਇਹ ਫੁੱਲ ਲਾਲ ਹੋ ਗਿਆ ਇਹ ਕੌਣ ਹੱਥ ਲਾ ਕੇ ਦੇਖ ਮਾੜਾ ਯਾਰ ਕੀ ਬਣਦਾ ਯੌੜੀ ਵਰ 53 ਦਾ ਸਾਂ ਆ ਕੀ ਕਰਿਆ ਹੋਇਆ ਸੱਚ ਨੇ ਕੋਲ ਦੋ ਬੋਲ ਉਹ ਕੀ ਕਰਨਾ ਨੇ ਨਿਕਲਣਾ ਤਾਂ ਇਹ ਅੱਜ ਬਾਹਰ ਇੱਧਰ ਦੀ ਕੱਢਣਾ ਪੈਣਾ ਇੱਧਰ ਦੀ ਵੀ ਨਹੀਂ ਆਉਣਾ ਨਿਕਲਣਾ ਹੀ ਉੱਪਰ ਲੱਗੂ ਟੇਡਾ ਕਰਕੇ ਕੱਢਣਾ ਕੋ ਨਿਕਲਣਾ ਹੀ ਨਹੀਂ ਤਾਂ ਬਹੁਤ ਮੁਸ਼ਕਲ ਸੀ ਯਾਰ ਚਲ ਬਾਰੇ ਤਾਂ ਨਿਕਲਦਾ ਜੇ ਬੈਂਡਰ ਨੂੰ ਲਾ ਲਿਆ ਬੈਂਡਰ ਸਨਾਤਨ ਨੂੰ ਲਾ ਲਿਆ ਸਰ ਨੂੰ ਹੁਣ ਬੈਂਡਰ ਤਾਂ ਛਾਲਾ ਤਾਂ ਹੋਊਗਾ ਹੀ ਹੋਊਗਾ ਹੁਣ ਤਾਂ ਕੁਝ ਵੀ ਕਰਨਾ ਜਦ ਤੱਕ ਪੰਗੇ ਲੈਂਦੇ ਨੇ ਧਿਆਨ ਨਾਲ ਨਹੀਂ ਉੱਤਰਦੇ ਨੂਰ ਨੂੰ ਦੇਖ ਕੇ ਚਾਮਲ ਗਿਆ ਦੀ ਹੋਰ ਵੀ ਗੱਲ ਨਹੀਂ ਤੇ ਬਾਕੀ ਹੁਣ ਤੁਹਾਨੂੰ ਦਿਖਾ ਦਾ ਉਹਦੀ ਉਹਦੀ ਸੁਣਾ ਸਕਦੇ ਹੁਣ ਤਾਂ ਆਪਾਂ ਆਵਾਜ਼ ਬੂਝ ਨਾ ਪਰ ਉਹਦਾ ਕਾਪੀ ਰੇਟ ਆਉਣਾ ਤੇ ਗੱਭਰੂ ਨੇ ਡੈੱਕ ਤੇ ਬੜਾ ਬੜਾ ਖਰਚਾ ਕਰਿਆ ਦੇਖੋ ਤੁਸੀਂ ਤੇ ਕੀ ਕੁਛ ਇਹਦੇ ਵਿੱਚ ਦੱਸੇਗਾ ਕੁਛ ਮਾੜਾ ਮੋਟਾ ਡੈੱਕ ਬਾਰੇ ਡੈੱਕ ਦਾ ਵੀਰੇ ਆਪਣਾ 2.5 ਲੱਖ ਰੁਪਇਆ ਖਰਚਾ ਆ ਗਿਆ ਸੀਗਾ ਤੇ ਤੇ ਚਲਾ ਕੇ ਕਿਵੇਂ ਦਿਖਾਉਣਾ ਹੁਣ ਤੁਹਾਨੂੰ ਚਲਾ ਕੇ ਕੋਈ ਨਾ ਦਿਖਾਉਣੇ ਆ ਕਰਦੇ ਆ ਕੋਈ ਇਲਾਜ ਕਰਦੇ ਆ ਬਾਹਰ ਕਿਸੇ ਰੋਟ ਬਾਹਰ ਹੀ ਕੱਢੇਗਾ ਨਿਕਲੂਗਾ ਚਲੋ ਦੇਖ ਲੈ ਕਿਵੇਂ ਕਰਦਾ ਤੇ ਹੁਣ ਇਹ ਕਹਿੰਦੇ ਰਿਸਕ ਲੈ ਰਿਹਾ ਕਹਿੰਦਾ ਵੀ ਚੱਲ ਕੱਢਣਾ ਹੀ ਕੱਢਣਾ ਚੱਲ ਦੇਖ ਲੈਂਦੇ ਹਾਂ ਵੀ ਖਾ ਲਾਂਗੇ ਗਾਲਾਂ ਗਾਲਾਂ ਤਾਂ ਚੱਲ ਪੁੱਛ ਕੇ ਕੱਢਣ ਲੱਗਿਆ ਪਹਿਲਾਂ ਪੁੱਛ ਕੇ ਆਇਆ ਆ ਕੀ ਆ ਕਰੀ ਪਹਿਲਾਂ ਇਹ 5000 ਉਰੇ ਲੱਗੇ ਹੋਏ ਜੀ ਥੱਲੇ ਫਿਰ ਇਹਨੇ ਚੇਂਜ ਕਰਕੇ ਥੱਲੇ ਕਰਤੇ ਹੁਣ ਹਾਰਨ ਚੱਲਦਾ ਕੋਈ ਵੀ ਨਹੀਂ ਇਹ ਗਲਾਸ ਲਾ ਕੇ ਉੱਤੇ ਜਿਵੇਂ ਤੁਸੀਂ ਵੀਡੀਓ ਦੇਖੀ ਹੋਊਗੀ ਤੇਜ਼ ਲਾਈਟ ਮੱਚਦੀ ਆ ਜਿਹੜੀ ਕਿ ਹੁਣ ਅਸੀਂ ਦੇਖ ਨਹੀਂ ਸਕਦੇ ਕਿਉਂਕਿ ਇਹ ਚਾਲੂ ਨਹੀਂ ਕਰੀ ਹੋਈ ਇਹਨੇ ਕਿਤੇ ਬਿਜ਼ੀ ਬੜਾ ਰਹਿੰਦਾ ਤਾਂ ਕਰਕੇ ਇਹਨੇ ਹਰ ਕਰਿਆ ਨਹੀਂ ਬਾਕੀ ਅੱਧੀ ਤਾਂ ਲਾਈਟਾਂ ਨੇ ਇੱਕਣ ਲਾਈਆਂ ਹੁੰਦੀਆਂ ਨੇ ਜਿਵੇਂ PCR ਵੀ ਇਹ ਤਾਰਾਂ ਹੀ ਜੋੜ ਦਿੰਦਾ ਬਸ ਵੀ ਚੱਲ ਪਈਆਂ ਹੈਨਾ ਕਿਹਦੀ ਸੈਟਿੰਗ ਕਰਤੀ ਅੱਛਾ PCR ਤਾਂ ਹੁਣ ਸੋਚਦੇ ਕਰਤੀ ਹੈ ਇਹ ਮਤਲਬ ਕਿ ਇੱਦਾਂ ਇਹਨਾਂ ਦੀ ਪੈਂਦੀ ਹੈ ਨਾ ਸਪੈਸ਼ਲ ਥੱਲੀ ਲਈ ਹੋਈ ਹੈ ਇਹ ਜਣੀ ਆਈਡੀਆ ਕੱਢ ਕੱਢ ਕੇ ਲਿਆਉਂਦਾ ਹੂੰ ਅਤੇ ਆਹ ਬਾਈ ਨੂੰ ਮਾੜਾ ਕੰਮ ਪੈ ਗਿਆ ਤਾਂ ਕਰਕੇ ਫਿਲਹਾਲ ਤਾਂ ਚੱਲਿਆ ਮੁੰਡਾ ਚਲੋ ਠੀਕ ਆ ਬਾਈ ਓਕੇ ਸਤਿ ਸ਼੍ਰੀ ਅਕਾਲ ਜੀ ਹੋਰੇ ਲਾਈਟਾਂ ਦੇ ਉਜਾਲੇ ਜ਼ਿੰਦਗੀ ਔਰ ਜਜ਼ਬਾਤ ਬਦਲ ਗਏ ਨਾ ਅਸੀਂ ਸਟੋਰੀਆਂ ਪਹਿਲਾਂ ਪਾ ਦੀਆਂ ਚਲੋ ਕੋਈ ਨਾ ਦੋ ਪੈ ਜਾਣਗੀਆਂ ਸਟੋਰੀਆਂ ਨੂੰ ਕਿਹੜਾ ਪੈਸਾ ਲੱਗਦਾ ਕੱਢਣ ਲੱਗਿਆ ਟਰੈਕਟਰ ਰਿਸਕ ਜਿਹਾ ਲੈ ਕੇ ਵੇਖੀ ਜਾਊ ਕਹਿੰਦਾ ਇੱਧਰੋਂ ਲੈ ਕੇ ਉਹ ਪਹਿਲਾਂ ਤਾਂ ਜਮੀ ਨਹੀਂ ਸੀ ਆਉਂਦਾ ਇਹਨਾਂ ਨੇ ਆਹ ਕਰਿਆ ਸਿਸਟਮ ਨਹੀਂ ਆ ਗਿਆ ਨਹੀਂ
फोटो खिंचन लगे ब्लैक नूं भेजिया सी ते बाई बेचारा खड़ा साडे लई चल खिंच ते बाई बेस ने मेरे कन्न दे पर्दे हिला ते बाई एक बार तां यार ए मेरे लग गज गया ना तू तां फोटो दिखाई बाकी तुसीं इंस्टाग्राम ते देख लियो तां सानूं तां लै जांदा तां सानूं तां बिठा सकदा तू जे कल्ला वांदा आ बाई नूं करदा फ्री बेचारे नूं बाकी अभी हम बना रहे हैं रीलों रूलों से करते हैं गल्ला बातें तो फिर बाकी तुम रीलों देखने वास्ते इंस्टाग्राम से चल जाओ प्रदीप अंडरस्कोर ब्लॉग जी बाकी तेरी आई डी तक की मेरी आई डी नूर उपल 9898 तो पहला अकाउंट बेचारे का हो गया जी हैक पर हूँ तक कृपा होगी बेचारे से चल गया वधिया फिर तो दोबारा रिकवर हो गया बाकी मैंने तो पूरा नाम नहीं पता ना हमने हम पुछ गया कि एक बार दोबारा तो दस की ना तरह भवनूर सिंह मैंने तो पता ही नहीं पूरा नाम क्यों इन्हें क्या मैं दसिया बाकी मैं अद्धा क्यों इन्हें देखा जिसे दसिया भी कहते कॉपीराइट हो गई कॉपीराइट नहीं कम्यूनिटी गाइडलाइन स्ट्राइक आ गई एक बार तो वार्निंग होंगी एक बार मेरी भी आ गई जी मैं अग जाली वीडियो पा दी मैंने भी आई आई थी एज रिस्ट्रिक्शन जाली मैं ये काम बेकार है तो बाकी स्टेयरिंग तुम देखो बिल्कुल ही डिफरेंट चीज नहीं तो कैमरा आता ही पता नहीं कोई गल सुना गल कि कट के लाइए एक लत है ना और कितों आए हो मोटर तो अच्छा जी ये मतलब स्पेशल चाच नहीं दी है मर्जी खिंच दे ना भी आरसी आ नहीं साइकिल वाग ही चलती है चलान का खतरा नहीं तो बाकी मैं चाबी बड़ी पसंद आई मैं भी एक चाबी बनानी है पर बिच लोग कहते ना बनाओ लॉक खराब मैं मैं नहीं पता की होंगे पर बनानी जरूर है एक बार प्रदीप आया हो गया अठ मॉडल मैं लाइटा दे कैट है टायर वाली अपने तो लगिया नी हूं दस दो ब्रेक इधर ने नहीं जिन्ना मर्जी याद हो बंदा भुलेखा पै हो जाता दिखना भुल गया पुठे पंगे में उस्ताद है मैं ला लिया साहब पटाके ना लिया बस मैनू आए बाकी देख सकते नूर उपल की थोड़ा माड़ा माड़ा सुना दूंगा कॉपीराइट दा आवे दा करके पांच पांच सेकंड दे ऑडियो सुना दूंगा बाकी तुसीं इंस्टाग्राम दी स्टोरी ते देख लियो ਵੀ ਕੀ ਪ੍ਰੋਗਰਾਮ ਆ ਇਹ ਸੈਂਟ ਦਾ ਹੋਆ ਵੀ ਆ ਪ੍ਰੋਜੈਕਟਰ ਲੈਂਪ ਲਾਏ ਹੋਏ ਨੇ ਇੱਕ ਮਿੰਟ ਮੇਰਾ ਇੱਕ ਲਾ ਦਾ ਜੱਕਰੀ ਕਿ ਇਧਰ ਕੈਮਰਾ ਥਲੇ ਜਾਵੇ ਹੈ ਹਾਂ ਸਸਪੈਂਸ ਜਿਹਾ ਕੰਮ ਬਣਾ ਰਿਹਾ ਹੈ ਚਲ ਬਣਾਵਾ ਵੇ ਚਲ मतलब की मैं जो रिव्यू दवा ना एक लफ्ज़ के एक लाइन के
ਤਾਂ ਵੀ ਇਹੋ ਜਿਹਾ ਡੱਕ ਮੈਂ ਅੱਜ ਤੱਕ ਦੇਖਿਆ ਨਹੀਂ ਸੁਣਿਆ ਨੀ ਦੇਖਿਆ ਤੇ ਸੁਣਿਆ ਕੁਛ ਨੀ ਕਰਿਆ ਮੈਂ ਇਹਦਾ ਇੰਨੀ ਜ਼ਿਆਦਾ ਮਤਲਬ ਇੱਕ ਤਾਂ ਹਵਾ ਇੰਨੀ ਤੇਜ਼ ਆਉਂਦੀ ਉਰੋਂ ਵੀ ਪੱਖੇ ਦੀ ਤਾਂ ਲੋੜ ਨੀ ਤੁਸੀਂ ਬਹੁਤ ਜ਼ਿਆਦਾ ਪਤਾ ਨੀ ਇੰਨੇ ਸੁਣ ਕੇ ਤੈਨੂੰ ਆਦਤ ਪੈ ਗਈ ਹੁਣ ਸਾਰੇ ਚਲਾ ਲੈਣਾ ਤੂੰ ਮੈਂ ਤਾਂ ਸਾਰੀ ਚਲਾ ਕੇ ਸੁਣਦਾ ਮੈਂ ਤਾਂ ਬਈ ਯਾਨੀ ਕਿ ਪਹਿਲਾਂ ਬੰਦਾ ਮੈਨੂੰ ਨੀ ਲੱਗਦਾ ਵੀ ਸੁਣ ਸਕਦਾ ਯਾਨੀ ਜਿੱਦਣ ਫਸਟ ਡੇ ਯਾਨੀ ਕਿ ਜਿੱਦਣ ਇੱਥੇ ਸੈਟਿੰਗ ਸੂਟਿੰਗ ਕਰਕੇ ਇੱਥੋਂ ਮੈਂ ਚਲਾ ਕੇ ਲੈ ਕੇ ਗਿਆ ਮੈਨੂੰ ਮਤਲਬ ਘਬਰਾਹਟ ਹੋਣ ਲੱਗ ਘਬਰਾਹਟ ਮੈਨੂੰ ਵੀ ਹੋਣ ਲੱਗ ਗਈ ਸੀ ਫਿਰ ਬਾਅਦ ਚ ਮੈਂ ਜਦ ਠੀਕ ਹੋਇਆ ਕੰਮ ਤੇ ਮਤਲਬ ਕਿ ਬਸ ਵੀ ਇਦੋਂ ਸਿਰਾ ਹਾਲ ਤੱਕ ਤਾਂ ਮੈਂ ਡੈਕ ਦੇਖਿਆ ਨੀ ਬਾਕੀ ਦੇਖਦੇ ਹਾਂ ਵੀ ਕੀ ਹੁੰਦਾ ਅੱਗੇ ਬਾਕੀ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ ਤੁਸੀਂ ਦੇਖਿਓ ਬੂਫਰ ਕਿਵੇਂ ਹਿੱਲਣਗੇ ਕੰਬਣਗੇ ਤੁਹਾਨੂੰ ਤੇ ਆਹ ਸਾਰਾ ਇਹਨੇ ਡਿਜ਼ਾਈਨ ਜਿਹਾ ਆਪੇ ਡਿਜ਼ਾਈਨ ਕਰਿਆ ਬਾਕੀ ਬਣਵਾਇਆ ਸ਼ਾਇਦ ਬਾਹਰੋਂ ਹਨਾ ਕਿੱਦਾਂ ਨਹੀਂ ਨਹੀਂ ਕਰੀ ਸਾਰਾ ਕੁਛ ਸਭ ਕੁਛ ਕਰੀ ਬਸ ਤਾਂ ਇੰਨੀ ਮੋਟੀ ਪਲੇਟ ਹੋਊ ਮੈਂ ਕਹਿੰਦਾ 6 ਚਲਾਉਣ ਨੂੰ ਇਹਨੂੰ ਕੀ ਗੱਲ ਕਰਤੀ ਜਿਵੇਂ ਆਪਣੇ ਇਹਨਾਂ ਦੇ ਇੱਕ ਚਲਾਉਣ ਨੂੰ ਐਡੇ ਐਡੇ ਉਹ ਲੱਗੇ ਹੋਏ ਆ ਪਿੱਛੇ ਆ ਗਏ ਦੇਖਦਾ ਉਹ ਵੀ ਨਹੀਂ ਦੇਖਦਾ ਲੈ ਕਿੱਦਾਂ ਗੱਡੀ ਜਬਰ ਜੀ ਪੈਣੀ ਕਰਨ ਵਾਲੇ ਉਹ ਤਾਂ ਵੀ ਕਿੰਨੀ ਪੈਸਾ ਜਿਹੜਾ ਤੂੰ ਕਿਸ ਤਰ੍ਹਾਂ ਕੰਪੇਅਰ ਕਰ ਰਿਹਾ ਤਾਂ ਦੇਖ ਲੈ ਤੂੰ ਗੱਡੀ ਕਿੱਥੇ ਇੱਕ ਮਿੰਟ ਚੀਜ਼ ਦਾ ਪੰਨ ਦੇਣਗੇ ਪੰਨੂ ਪੁੱਛ ਪਰੀ ਗੱਡੀ ਚ ਤਾਂ ਇਹਦਾ ਮਗਰਲਾ ਜਗਾੜੇ ਆਉਂਦਾ ਯਾਰ ਇੰਨੇ ਪਤਾ ਕੱਲੇ ਧਰਮ ਪਾ ਦਾਂਗੇ ਧਰਮ ਚੇਤਾ ਇਹ ਕਿਸ ਦਾਲੀ ਮੈਂ ਤਾਂ ਚਲਾ ਦੀਆਂ ਸ਼ੁਰੂ ਤੋਂ ਦੇਖ ਤੱਤਾ ਇੱਧਰ ਦੇਖ ਤੂੰ ਮੈਂ ਉਧਰ ਇਕੱਠੇ ਚੱਲਦੇ ਕਰੰਟ ਜਾ ਫੀਲ ਹੋਊ ਜਿਵੇਂ ਕਰੰਟ ਜਾ ਲੱਗ ਰਿਹਾ ਬੜਾ ਕੁਛ ਨੀ ਹੁੰਦਾ ਚੱਲਦਾ ਕਰਦੇ ਬਲੌਗ ਨੀ ਕਰਨਾ ਸਲਮਾਨ ਖਾਨ ਬਣੀ ਜਾਂਦਾ ਹਿਰਨ ਮਾਰਦੀ ਵਿਚਾਰੇ ਨੇ ਉੱਤੇ ਬਹਿ ਗਿਆ ਸਲਮਾਨ ਖਾਨਾ ਬਣ ਤੂੰ ਨੀ ਮਾਰਿਆ ਤੇ ਆਹ ਦੇਖੋ ਬਈ ਪੁੱਠਾ ਹੀ ਚੱਲਦਾ ਏ ਰਾਤ ਨੂੰ ਕਾਲੀ ਐਨਕ ਲਾ ਲਈ ਇਹਨੇ ਜਾ ਕੇ ਜੱਦੇ ਆਏ ਹੋਏ ਜੱਦੀ ਨੀ ਐਨਕ ਲਾਈ ਇਹਨੇ ਇਹਨੇ ਹੁਣ ਲਾਈ ਆ ਅਸੀਂ ਪੁੱਠੀ ਚੱਲਦੇ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਕਰ ਦਿਓ ਹਨਾ ਤੇ ਪੂਰਾ ਘੈਂਟ ਬੰਦਾ ਠੀਕ ਆ ਬੁਲਟ ਵੀ ਘੈਂਟ ਲੱਗਿਆ ਤੇ ਮੈਂ ਬਾਈ ਨੂੰ ਰਿਕੁਐਸਟ ਕਰੂੰਗਾ ਵੀ ਨੰਬਰ ਪਲੇਟਾਂ ਪਰ ਤਾਂ ਬਾਅਦ ਤਾਂ ਸ਼ਹਿਰ ਜਾਣਾ ਹੁੰਦਾ ਨਾ ਨਹੀਂ ਕੁਛ ਨਹੀਂ ਜਾਣਾ ਮੈਂ ਉਹ ਹੀ ਨਹੀਂ ਜਿੰਨੀ ਕਰਨੀ ਯਾਰ ਕਰਨੀਆਂ ਨੇ ਬਹੁਤ ਜਲਦੀ ਨਹੀਂ ਮੈਂ ਵੀਰੇ ਸਜੈਸ਼ਨ ਨਹੀਂ ਦਿੰਦਾ ਕਿਉਂਕਿ ਚਲਾਨ ਹੋ ਜਾਊਗਾ ਫਿਰ ਬਾਅਦ ਚੋਂ ਲੋਕ ਕਮੈਂਟ ਕਹਿਣਗੇ ਨੂਰ ਉੱਪਰ ਨੇ ਕਰਾਈਆਂ ਨਹੀਂ ਨਹੀਂ ਇਹਨੂੰ ਇੱਕ ਪਹਿਲ ਖਾਸਾ ਟਾਈਮ ਪਹਿਲਾਂ ਹੀ ਕਿਹਾ ਸੀ ਮਨੀ ਹੈ ਸਟੱਡੀ ਉਹ ਹਾਂ ਉਹ ਘੈਂਟ ਲੱਗਦੀ ਆ ਉਹ ਜੀ ਮੈਂ ਦੇਖੂ ਯਾਰ ਕੋਈ ਵਧੀਆ ਜੀ ਤੇ ਜਣੀ ਜਲਦੀ ਉਹ ਕਰਾਵਾਂਗੇ ਓਕੇ ਤੇ ਫਿਰ ਕੀ ਹਨੇਰਾ ਬਹੁਤ ਹੋ ਗਿਆ ਸਾਨੂੰ ਘੰਟ ਦਾ ਰਾਹ ਵੀ ਸਾਨੂੰ ਜਾਣ ਨੂੰ ਉਹੀ ਮੋਟਰਾਂ ਤੇ ਆਇਆ ਇੱਕ ਤਾਂ ਗਾਣੇ ਸੁਣਦੇ ਜਾਵਾਂਗੇ ਚਾਚਾ ਵੀ ਕਹਿੰਦੇ ਘਰੇ ਆ ਗਿਆ ਫਿਲਹਾਲ ਤਾਂ
ਬਸ ਹੁਣ ਇੱਕ ਇਹ ਕੁਝ ਕੁ ਵੀਡੀਓ ਬਣਾਈਆਂ ਏਅਰ ਡ੍ਰੌਪ ਕਰਨੇ ਆ ਬੰਦ ਕਰ 2 ਮਿੰਟ ਏਅਰ ਡ੍ਰੌਪ ਕਰਾਉਣੀਆਂ ਨੇ ਵੀਡੀਓ ਫਿਰ ਚੱਲਦੇ ਆ ਤੇ ਬਾਕੀ ਹੁਣ ਸਾਨੂੰ ਹਨੇਰਾ ਤਾਂ ਹਲੇ ਫਿਰ ਵੀ ਬਹੁਤ ਹੋ ਗਿਆ ਹਲੇ ਤੁਸੀਂ ਗਏ ਨਹੀਂ ਤੇ ਇੱਕ ਅਸੀਂ ਸਲਾਂਸਰ ਜਿਹੜਾ ਮੈਂ ਮਸ਼ੀਨ ਕਰਨ ਵਾਲਾ ਸੀਗਾ ਉਹ ਲੈ ਕੇ ਜਾਣਾ ਤੇ ਇਹ ਕਹਿੰਦਾ ਲੈ ਜੀ ਤੇ ਪਾ ਕੇ ਦੇਖ ਲਈ ਮੈਂ ਦੇਖਣਾ ਪਾ ਕੇ ਵੀ ਕਿਹੋ ਜਿਹੀ ਆਵਾਜ਼ ਬਣਦੀ ਹੈ ਤੇ ਉਹਦਾ ਵਲੌਗ ਪਾਰਟ ਤੋਂ ਲੈ ਕੇ ਆਵਾਂਗੇ ਫਿਲਹਾਲ ਉਹ ਮਿਸਤਰੀ ਕੋਲ ਰੱਖਿਆ ਹੋਇਆ ਨੇ ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਇਹਦਾ ਮੋਟਰਸਾਈਕਲ ਤਿਆਰ ਹੋ ਰਿਹਾ ਸੋ ਉੱਥੋਂ ਪਿਆ ਚੱਕ ਲੈ ਮੋਟਰਸਾਈਕਲ ਤਾਂ ਕਿਤੇ ਹੋਰ ਤਿਆਰ ਹੋ ਰਿਹਾ ਹਾਂ ਉਹ ਤਾਂ ਉੱਥੇ ਖੁੱਲੇ ਖੁੱਲੇ ਸੀ ਪਤਾ ਨਹੀਂ ਕੀ ਕਰਿਆ ਸੀਗਾ ਮੇਰੇ ਯਾਦ ਨਹੀਂ ਹੁਣ ਉੱਥੇ ਪਏ ਰਹਿ ਗਏ ਅੱਛਾ ਸਮਾਨ ਸੁਣ ਇਕੱਠੇ ਨਹੀਂ ਕਰਿਆ ਕਦੇ ਅਜੇ ਤਾਂ ਸਪਿਨਰ ਵੀ ਇੱਕ ਹੋਰ ਮਿਸਤਰੀ ਦੇ ਪਏ ਆ ਕਿਤੇ ਕਿਤੇ ਪਿਆ ਸਮਾਨ ਲੱਭ ਨਹੀਂ ਆਉਣਾ ਨਾ ਤਾਂ ਕੀ ਯਾਦ ਨਹੀਂ ਹੋਣਾ ਯਾਦ ਨਹੀਂ ਹੈ ਤਾਂ ਤੇ ਟਾਈਮ ਤਾਂ ਸਾਨੂੰ ਖਾਸ ਹੋ ਗਿਆ ਫਿਰ ਵੀ ਪਰ ਚਾਚੇ ਹੁਣੇ ਦਵੇ ਨਹੀਂ ਸਾਨੂੰ ਦੁੱਧ ਪੜਾ ਕੇ ਭੇਜਣਗੇ ਤੇ ਇੱਕ ਆਹ ਵਾਲਾ ਚੱਕ ਲੈਂਦਾ ਆਪਾਂ ਅੱਛਾ ਇਹ ਹੋਈ ਹੈ ਪ੍ਰੀਆ ਨੂੰ ਧਿਆਨ ਲੈਣ ਗਏ ਸੀ ਹੋਰ 4000 ਦਾ ਦੱਸ ਦੇ ਆਪਾਂ ਨੂੰ ਇਹ ਸਾਨੂੰ 2200 ਦਾ ਕਹਿੰਦੇ ਸੀ ਅਸੀਂ 2000 ਦਾ ਲੈ ਕੇ ਸਾਨੂੰ ਫਰੀ ਗਿਆ ਇਹਦੇ ਨੂੰ ਬੈਰਿੰਗ ਇਹਨੂੰ ਔਖੀ ਮਿਲਦੇ ਨੇ ਹਾਂ ਦੱਸਦਾ ਦੀ ਤੇ ਚਲੋ ਵੀ ਹੁਣ ਹੁਣ ਸੀ ਹੁਣ ਵਿਹਲੇ ਹੋਏ ਆ ਦੁੱਧ ਦੱਧ ਪੀ ਕੇ ਤੇ ਚਲੋ ਠੀਕ ਹੈ ਜੀ ਹੈਲੋ ਠੀਕ ਹੈ ਥੈਂਕ ਯੂ ਓਕੇ ਚਲੋ ਠੀਕ ਹੈ ਜੀ ਓਕੇ ਚਲੀ ਫਿਰ ਨੂੰ ਚਲੋ ਉਹ ਹਾਂ ਇਹ ਵੀ ਲੈ ਗਿਆ ਨਾ ਲਗੋਈਓ ਬੈਠਾ ਯਾਰ ਉਹ ਤੂੰ ਕੀ ਨਹੀਂ ਇੱਕੇ ਲੈ ਕੇ ਆਣਾ ਇੱਕੇ ਲੱਗੂ ਮੋਟਰ ਦੇ ਨਾਲ ਤੇ ਚਲੋ ਹੁਣ ਅਸੀਂ ਪਹੁੰਚ ਗਏ ਰੋਡ ਤੇ ਹੁਣ ਅਸੀਂ ਜਾਣਾ ਘਰ ਨੂੰ ਚਲੋ ਓਕੇ ਜੀ ਬਾਏ 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 ਮਿਲਦੇ ਆ ਫਿਰ ਓਕੇ ਤੇ ਬਾਕੀ ਹੁਣ ਹੋ ਗਿਆ ਜੀ ਨੈਕਸਟ ਡੇ ਤੇ ਕੱਲ 9 ਵਜ ਗਏ ਸੀ ਤਾਂ ਕਰਕੇ ਵਲੌਗ ਐਂਡ ਨਹੀਂ ਹੋ ਸਕਿਆ ਤੇ ਜਿਹੜਾ ਆਪਾਂ ਸਲੰਸਰ ਲਿਆਉਂਦਾ ਆਪਾਂ ਅਗਲੀ ਵੀਡੀਓ 'ਚ ਫਿੱਟ ਕਰਾਂਗੇ ਤੇ ਅੱਜ ਦਾ ਵਾਲਾ ਵਲੌਗ ਪੂਰੀ ਖਤਮ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਤੇ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਤੇ ਮਿਲਦੇ ਹਾਂ ਆਪਾਂ ਤੁਹਾਨੂੰ ਨਵੇਂ ਵਲੌਗ 'ਚ ਤਦ ਤੱਕ ਲਿਓ ਕਿ ਬੈਟਾ ਟਾਓ